ਬਹਿ ਜੀ ਜ਼ਿੰਦਗੀ ਕੱਟਣੀ ਔਰ ਜ਼ਿੰਦਗੀ ਨੂੰ ਗੁਜ਼ਾਰਨਾ ਚੰਗੇ ਤਰੀਕੇ ਦੇ ਨਾਲ ਦੋਨਾਂ ਸ਼ਬਦਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਪਰ ਜਿਸ ਜਗ੍ਹਾ 'ਤੇ ਅਸੀਂ ਅੱਜ ਕਿਸ਼ਤੀ ਦੇ ਵਿੱਚ ਮੌਜੂਦ ਹਾਂ, ਹਾਲਾਤ ਬਹੁਤ ਜ਼ਿਆਦਾ ਮਾੜੇ ਹੈ, ਹਾਲਾਤ ਬਹੁਤ ਬਦਤਰ ਹੈ। ਸਤਲੁਜ ਦਰਿਆ ਨੇ ਜਦੋਂ ਕਹਿਰ ਢਾਇਆ, ਅੱਜ ਇੱਕ ਮਹੀਨਾ ਹੋ ਗਿਆ ਔਰ ਮਹੀਨੇ ਤੋਂ ਬਾਅਦ ਪਾਣੀ ਫਿਰ ਵਧਿਆ ਇੱਥੇ, ਤਾਂ ਮੁੰਡੀ ਸ਼ਹਿਰੀਆਂ ਦੇ ਬਿਲਕੁਲ ਨਜ਼ਦੀਕ ਇੱਕ ਇੱਥੇ ਜੋ ਲੋਕ ਬੈਠੇ ਆ ਇੱਕ ਡੇਰੇ ਦੇ ਅੰਦਰ ਬੈਠੇ ਆ, ਤਾਂ ਤਸਵੀਰਾਂ ਦੇਖੋ ਕਿ ਇੱਕ ਬਾਥਰੂਮ ਦੀ ਤਸਵੀਰ ਆ, ਕਿੰਨਾ ਕਿੰਨਾ ਇੱਥੇ ਪਾਣੀ ਖੜ੍ਹਾ। ਬਹੁਤ ਹਾਲਾਤ ਚਿੰਤਾਜਨਕ ਹਾਲਾਤ ਆ, ਨਾ ਤਾਂ ਕੋਈ ਇੱਥੇ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ। ਪਰ ਇੱਕ ਗੱਲ ਜ਼ਰੂਰ ਹੈ ਕਿ ਪ੍ਰਸ਼ਾਸਨ ਨੇ ਕਿਸ਼ਤੀ ਜ਼ਰੂਰ ਦੇ ਦਿੱਤੀ ਹੈ, ਕਿਸ ਦੇ ਜ਼ਰੀਏ ਤੁਸੀਂ ਅੰਦਰ ਵੀ ਜਾ ਸਕਦੇ ਹੋ ਇਹ ਘਰਾਂ ਦੇ, ਅਤੇ ਬਾਹਰ ਵੀ ਆ ਸਕਦੇ ਹੋ। ਤਾਂ ਬਾਈ ਜੀ ਸਾਡੇ ਨਾਲ ਆ, ਵੀਰ ਜੀ ਹਾਲਾਤ ਬਹੁਤ ਮਾੜੇ। ਸਭ ਤੋਂ ਪਹਿਲਾ ਸਵਾਲ ਮੇਰਾ ਇਹ ਕਿ ਜਿੱਦਾਂ ਪੂਰੀ ਕਲਾਲੀ ਪਈ ਆ, ਹਾਲਾਤ ਬੜੇ ਮਾੜੇ ਆ, ਅਤੇ ਜ਼ਿੰਦਗੀ ਕਿੱਦਾਂ ਗੁਜ਼ਾਰ ਕਿੱਦਾਂ ਕੱਟ ਰਹੇ ਹੋ ਜੀ? ਉਹ ਜੀ ਜ਼ਿੰਦਗੀ ਤੁਹਾਨੂੰ ਤੁਸੀਂ ਦੇਖ ਹੀ ਰਹੇ ਹੋ ਕਿੱਦਾਂ ਕੱਟ ਰਹੇ ਹਾਂ, ਬਹੁਤ ਜ਼ਿਆਦਾ ਮੁਸੀਬਤ ਆ ਜੀ। ਆਹ ਦੇਖ ਲਓ, ਹੁਣ ਤੁਸੀਂ ਥੋੜ੍ਹੇ ਟਾਈਮ ਪਹਿਲਾਂ ਕਿਸ਼ਤੀ 'ਤੇ ਆਏ ਸੀ, ਹੈ ਨਾ? ਦੇਖੇ ਪੱਠੇ ਕਿੱਦਾਂ ਲੈ ਕੇ ਸੀ ਆਏ ਜੀ? ਤੁਸੀਂ ਅਸੀਂ ਤੁਸੀਂ ਦੇਖਿਆ ਹੋਣਾ ਵਾ, ਪੱਠੇ ਅਸੀਂ ਲੈ ਕਿਸ਼ਤੀ 'ਤੇ ਆਏ ਹਾਂ। ਹੁਣ ਅਸੀਂ ਸਾਰੇ ਘਰਾਂ ਨੇ ਇੱਕ ਟੋਕਾ ਤਿਆਰ ਕੀਤਾ ਵਾ, ਥੋੜ੍ਹਾ ਬਹੁਤ ਲਾਈਟ ਚੱਲ ਜਗਾੜ ਹੈਗਾ ਵਾ, ਲਾਈਟ ਛੱਡੀ ਹੋਈ ਆ। ਉਹ ਹੁਣ ਪੱਠੇ ਕੁਦਰ ਕੇ ਜਾਵਾਂਗੇ, ਸਾਰਾ ਕਿਸ਼ਤੀ ਸਾਡਾ ਪ੍ਰੋਗਰਾਮ ਜੋ ਵੀ ਚੱਲਣਾ ਕਿਸ਼ਤੀ 'ਤੇ ਚੱਲਣਾ ਆ। ਔਰ ਘਰ ਕਿੰਨੇ ਕੁ ਇੱਥੇ, ਜੇਕਰ ਮੈਂ ਗੱਲ ਕਰਾਂ? 8 ਘਰ ਭਾਜੀ ਆਪਣੇ ਇੱਥੇ, 8 ਘਰਾਂ ਦੇ ਵਿੱਚ ਬਰਾਬਰ ਹੀ ਪਾਣੀ ਆ ਸਰ? ਹਾਂ ਹਾਂ ਬਰਾਬਰ ਹੀ ਆ, ਜਿੱਦਾਂ ਥੋੜ੍ਹੇ ਜਿਹੇ ਉੱਚੇ ਥਾਂ ਆ ਗਿਆ ਜਿਨ੍ਹਾਂ ਦੇ ਘਰ ਸਾਹਮਣੇ ਜੋ ਘਰ ਆ। ਹਾਂ ਹਾਂ, ਇਹ ਥੋੜ੍ਹਾ ਉੱਚਾ ਘਰ ਆ ਗਿਆ ਵਾ, ਆਸੇ ਪਾਸੇ ਪਾਣੀ ਆ ਸਿਰਫ। ਕਲਾਲੀ ਇੱਥੇ ਬੜੀ ਜ਼ਿਆਦਾ, ਕਿੱਦਾਂ ਪੂਰਾ ਗੰਦ ਮਚਿਆ, ਸੱਪ ਸੁੱਪ ਤਾਂ ਮੈਨੂੰ ਲੱਗਦਾ ਕਿ ਆਮ ਹੀ ਇੱਥੇ ਆਉਂਦੇ ਹੋਣਗੇ। ਹਾਂਜੀ ਹਾਂਜੀ, ਸੱਪ ਬਹੁਤ ਜੀ, ਇੱਕ ਦੋ ਦਿਨ ਸਾਡੇ ਕੋਲ ਤਾਂ ਇੱਕ ਦੋ ਮਾਰ ਲਈ ਸੱਪ ਹੀ ਮਾਰੀ ਜਾਈਦਾ। ਹਾਂਜੀ, ਇੱਕ ਦੋ ਦਿਨ ਛੱਡ ਕੇ ਇੱਕ ਜਾਂ ਦੋ ਸੱਪ ਮਾਰੀ ਦੇਈਦਾ ਜੀ, ਕਿਉਂ ਮਾਰਨੇ ਪੈਂਦੇ ਜੇ ਨਹੀਂ ਮਾਰੇ, ਸਾਨੂੰ ਆਪ ਨੂੰ ਜਾਣ ਦੀ ਸਾਨੂੰ ਖਤਰਾ ਵਾ। ਬਾਈ ਜੀ, ਦੂਜੀ ਗੱਲ ਹੁੰਦੀ ਹੈ ਕਿ ਇੱਥੇ ਹੁਣ ਤੱਕ ਪ੍ਰਸ਼ਾਸਨ ਦੇ ਵੱਲੋਂ ਕੁਛ ਰਾਹਤ ਦਿੱਤੀ ਗਈ ਹੈ? ਨਹੀਂ ਜੀ, ਸਿਰਫ ਇੱਕ ਕਿਸ਼ਤੀ ਆ ਜਿਹੜੀ ਪ੍ਰਸ਼ਾਸਨ ਨੇ ਦਿੱਤੀ ਆਪਾਂ ਨੂੰ। ਲੀਡਰ ਵੀ ਬਹੁਤ ਇੱਥੇ ਆਉਂਦੇ ਹੋਣਗੇ, ਬੰਨਾਂ ਤੇ ਵੀ ਆਉਂਦੇ ਆ, ਇੱਥੇ ਅੰਦਰ ਕਦੀ ਕਿਸੇ ਨੇ ਹਾਲ ਚਾਲ ਪੁੱਛਿਆ? ਦੇਖਣ ਹੀ ਆਉਂਦੇ ਰਹੇ, ਗੱਡੀ ਥੋੜ੍ਹਾ ਉੱਤਰਦੇ ਥੱਲੇ ਕਿਤੇ, ਬਸ ਉਹ ਦੇਖ ਕੇ ਮੌਕਾ ਚੱਲ ਜਾਂਦੇ, ਕੋਈ ਨਹੀਂ ਹੈਲਪ ਕਰਦੇ ਹਾਂ ਜੀ, ਅਸੀਂ ਤੁਹਾਡੀ ਸਹਾਇਤਾ ਕਰਾਂਗੇ। ਪਰ ਇਹਦਾ ਕੀਤਾ ਨਹੀਂ ਕਿਸੇ ਨੇ ਕੁਛ। ਉਹ ਵੀ ਸਾਡੇ ਇੱਕ ਚਾਚੀ ਹੋਣੀ ਸੀਗੇ ਜਿਨ੍ਹਾਂ ਨੇ ਥੋੜ੍ਹੀ ਮੰਗ ਰੱਖੀ ਸੀ ਵੀ ਸਾਡੇ ਪਿੰਡਾਂ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਰਾਸ਼ਨ ਹੀ ਨਹੀਂ ਆ ਰਿਹਾ, ਅਤੇ ਨਾ ਹੀ ਸਾਨੂੰ ਕੋਈ ਕਿਸ਼ਤੀ ਵਗੈਰਾ ਜਾਂ ਬੇੜੀ ਦੀ ਸਹੂਲਤ ਹੈਗੀ ਆ। ਉਹ ਸਿਰਫ ਇੱਕ ਵੀਡੀਓ ਦੇਖ ਕੇ DC ਸਾਹਿਬ ਜਲੰਧਰੋਂ ਆਏ ਸੀਗੇ, ਸਪੈਸ਼ਲ ਇਸੇ ਕਰਕੇ ਆਏ ਸੀ, ਤਾਂ ਸਾਡੇ ਬੰਦਿਆਂ ਨੇ ਮੰਗ ਰੱਖੀ ਸੀਗੀ ਮੁੰਡਿਆਂ ਨੇ ਵੀ ਭਾਈ ਜੀ ਸਾਨੂੰ ਇੱਕ ਕਿਸ਼ਤੀ ਲੈ ਕੇ ਦਿਓ ਜਿੱਦਾਂ ਮਰਜ਼ੀ। ਆਹ ਇੱਕ ਛੋਟੀ ਟੂਬ ਦੀ ਦੇਖੀ ਹੋਣੀ ਜਿਹੜੀ ਟਰੈਕਟਰ ਦੇ ਟਾਇਰਾਂ ਵਾਲੀ ਛੋਟੀ ਟੂਬ ਸੀਗੀ, ਉਹਦੇ ਉੱਪਰ ਇੱਕ ਆਹ ਇੱਕ ਪਿਆ ਬਸ ਆਪਣੇ ਕੋਲ ਫੱਟਾ ਜਿਹਾ ਲਾ ਲਓ, ਇਹਦੇ ਉੱਪਰ ਬੈਠ ਕੇ ਬੱਚਿਆਂ ਨੂੰ ਔਰ ਲੇਡੀਜ਼ ਨੂੰ ਬਿਠਾ ਕੇ ਆਰ ਪਾਰ ਜਾਣਾ ਪੈਂਦਾ ਸੀਗਾ। ਪਹਿਲਾਂ ਵੀ ਕੀਤੇ ਤੁਸੀਂ ਕਿਹੜਾ ਫੱਟੇ ਦੀ ਗੱਲ ਕਰ ਰਹੇ ਹੋ? ਆਹ ਵਾਲੇ ਥੱਲੇ ਨਹੀਂ ਫੱਟੇ ਪਏ ਜਿਹੜਾ ਇੱਕ ਫਰਿੱਜ ਦਾ? ਹਾਂ, ਫਰਿੱਜ ਦਾ ਢੱਕਣ ਜਿਹੜਾ, ਇਹ ਢੱਕਣ ਮੈਂ ਕਹਾਂ ਉਹਨੂੰ, ਕਹਿੰਦੇ ਇੱਕ ਵਾਰ ਥੋੜ੍ਹਾ ਨੀਚੋ ਕਤਾਰ ਆਈਏ ਜ਼ਰੂਰ। ਇਹ ਆਪਾਂ ਜਿਹੜੀ ਟੂਬ ਹੁੰਦੀ ਹੈ ਨਾ ਟਰੈਕਟਰ ਵਾਲੀ ਛੋਟੀ ਟੂਬ, ਉਹਦੇ ਉੱਪਰ ਇਹ ਫਰਿੱਜ ਦਾ ਢੱਕਣ ਰੱਖ ਕੇ ਉੱਪਰ ਬੱਚੇ ਬਿਠਾ ਕੇ ਜਾਂ ਜਿੱਦਾਂ ਲੇਡੀਜ਼ ਉਹਨਾਂ ਨੂੰ ਬਿਠਾ ਕੇ ਆਪ ਪਾਣੀ ਵਿੱਚ ਜਾ ਕੇ ਧੱਕਾ ਲਗਾ ਕੇ ਪਾਰ ਲੈ ਕੇ ਜਾਈਦਾ ਸੀਗਾ। ਉਹ ਤੋਂ ਬਾਅਦ ਕਿਸ਼ਤੀ ਮਿਲੀ? ਹਾਂਜੀ, ਇਹ ਸਿਰਫ ਇੱਕ ਹਫ਼ਤਾ ਪਹਿਲਾਂ ਮਿਲੀ, ਇੱਕ ਮਹੀਨਾ ਇੱਦਾਂ ਸਾਡੀ ਆਵਾਜਾਈ ਹੈ ਜੀ ਪਾਣੀ ਵਿੱਚ ਦੀ। ਅਤੇ ਬਾਜੀ ਜੇ ਉੱਧਰ ਜਾ ਸਕਦੇ ਤਾਂ ਆਪਾਂ ਪਰਲੇ ਘਰ ਵੀ ਦਿਖਾ ਦਈਏ, ਉੱਧਰ ਚੱਲ ਜੀ, ਜ਼ਰੂਰ ਜ਼ਰੂਰ ਲੈ ਕੇ ਜਾਵਾਂਗੇ ਤੁਹਾਨੂੰ ਜੀ। ਅਤੇ ਅੰਬਿਰ ਜੀ, ਦੂਜੀ ਗੱਲ ਕਿ ਹਲਕਾ ਇੰਚਾਰਜ MLA ਬੜੀ ਲੀਡਰਸ਼ਿਪ ਆਉਂਦੀਆਂ, ਕਦੀ ਜਦੋਂ ਦੀ ਕਿਸ਼ਤੀ ਮਿਲੀ ਹੈ, ਕਿਸ਼ਤੀ ਦੇ ਜ਼ਰੀਏ ਜਾਂ ਫਿਰ ਟੂਪ ਦੇ ਨਾ ਕਿ ਵੀ ਕਿਸੇ ਵੀ ਸਾਧਨ ਦੇ ਜ਼ਰੀਏ ਇੱਥੇ ਤੱਕ ਕਦੇ ਕਿਸੇ ਲੀਡਰ ਨੇ ਪਹੁੰਚ ਕੀਤੀ? ਨਹੀਂ ਨਹੀਂ ਜੀ, ਨਹੀਂ ਜੀ, ਬੰਦ ਦੇਖ ਕੇ ਮੁੜ ਜਾਂਦੇ ਆ, ਇੱਥੇ ਤਾਂ ਕੋਈ ਆਇਆ ਨਹੀਂ। ਇੱਥੇ ਵੋਟਾਂ ਦਾ ਟਾਈਮ ਸੀ, ਉਦੋਂ ਆਉਂਦੇ ਸੀਗੇ? ਉਦੋਂ ਤਾਂ ਬਹੁਤ ਆਉਂਦੇ ਸੀ, ਭੱਜੇ ਆਉਂਦੇ ਸੀ, ਅੱਗੜ ਪਿੱਛੜੀ ਗਏ ਜੀ, ਉਹਦਾ ਦੇਖਣ ਹੁੰਦਾ ਇੱਥੇ ਮੌਕਾ। ਆਹ ਥੋੜ੍ਹੇ ਦਿਨ ਪਹਿਲਾਂ ਜਿਮਨੀ ਚੋਣ ਨਹੀਂ ਸਾਡੇ? ਜਿਮਨੀ ਚੋਣ ਹੋਈ? ਹਾਂ, ਜਲੰਧਰ ਦੀ ਜਿਹੜੀ ਫਿਰੋਜ਼ਪੁਰ ਤੱਕ ਪੂਰੇ ਇਲਾਕੇ ਦੇ ਪੂਰੇ ਪੰਜਾਬ ਦੇ ਲੀਡਰ ਇੱਥੇ ਆਉਂਦੇ ਰਹੇ ਆ ਜੀ, ਪੂਰੇ ਪੰਜਾਬ ਦੇ ਲੀਡਰ ਇੱਥੇ ਆਉਂਦੇ ਸੀ। ਅੱਜ ਇੱਥੇ ਕੋਈ ਨਹੀਂ ਪਹੁੰਚਿਆ? ਨਹੀਂ ਨਹੀਂ, ਕੋਈ ਨਹੀਂ ਪਹੁੰਚਿਆ, ਸਿਰਫ ਆਉਂਦੇ ਜਿਹੜੇ ਉਹ ਆਪਣੀਆਂ ਫੋਟੋ ਕਰਾਉਣ ਲਈ। ਹੁਣ ਜਦੋਂ ਪਾਣੀ ਬੰਨ ਟੁੱਟਿਆ ਸੀਗਾ ਤਾਂ ਭਗਵੰਤ ਮਾਨ CM ਸਾਹਿਬ ਵੀ ਆਏ ਸੀਗੇ, ਸ਼ਾਇਦ ਤੁਸੀਂ ਦੇਖੀ ਹੋਣੀ ਵੀਡੀਓ। ਬਿਲਕੁਲ ਦੇਖਿਆ ਸੀਗਾ, ਪਜਾਮਾ ਕਹਿੰਦੇ ਮੇਰਾ ਗਿੱਲਾ ਹੋ ਗਿਆ। ਹਾਂਜੀ ਹਾਂਜੀ, ਬਸ ਉਹੀ ਬਸ ਦੇਖ ਕੇ ਚਲੇ ਗਏ ਆ, ਉਹਨਾਂ ਕਿਹੜਾ ਕੁਝ ਕੀਤਾ ਆ, ਦੇਖ ਕੇ ਚਲੇ ਗਏ ਆ। ਜੇ ਆਉਣਾ ਹੀ ਨਹੀਂ, ਜੇ ਕੁਛ ਸਵਾਰਨਾ ਹੀ ਨਹੀਂ ਜਾਂ ਕਿਸੇ ਦਾ ਕੁਛ ਆਪਣੇ, ਜਿੱਦਾਂ ਹੁਣ ਸਾਡੇ ਪਾਣੀ ਆਇਆ ਹੋਇਆ, ਜੇ ਸਾਡੀ ਕੋਈ ਹੈਲਪ ਨਹੀਂ ਕਰਨੀ, ਆਉਣ ਦਾ ਫਾਇਦਾ ਕੀ ਉਹਨਾਂ ਦਾ? ਇੱਥੇ ਬਾਈ ਦੂਜੀ ਗੱਲ ਕਿ ਹੁਣ ਜਿੱਦਾਂ ਕਿ ਇਹਦੇ ਪਿੱਛੇ ਘਰ ਸੀ, ਅੱਗੇ ਵੀ ਘਰ ਆ, ਤੇ ਕੁਛ ਘਰਾਂ ਨੂੰ ਲੋਕ ਜਾਂਦੇ ਹੀ ਲੱਗੇ ਹੋ ਕਿ ਇੱਥੋਂ ਚੱਲ ਗਏ ਹੋ? ਹਾਂਜੀ ਹਾਂਜੀ, ਉਹ ਜਿੱਦਾਂ ਹੁਣ ਬੱਚੇ ਹੋ ਗਏ ਜਾਂ ਜੇ ਲੇਡੀਜ਼ ਵਾਰ ਵਾਰ ਆਉਣ ਜਾਣ ਨਾਲ ਨਾ, ਸਾਡੇ ਚਾਚੇ ਹੋਣ ਵਾਲੇ ਸਾਰੇ ਚਾਚੇ ਸਾਡੇ ਦੇ ਘਰ ਵਾ, ਉਹਨਾਂ ਨੇ ਹਾਂ ਹਾਂ ਸਾਡੇ ਸਾਰੇ ਆਪਦੇ ਚਾਚੇ ਤਾਈ 8 ਘਰ ਬੈਠੇ ਆ, ਇਹ ਸਿਰਫ ਇਸੇ ਕਰਕੇ ਗਏ ਇੱਥੋਂ ਵੀ ਸਾਨੂੰ ਰੋਜ਼ ਦੀ ਆਉਣ ਜਾਣ ਦਿੱਕਤ ਬਹੁਤ ਹੋ ਰਹੀ ਆ, ਵੀ ਰੋਜ਼ ਪਾਣੀ ਵਿੱਚ ਦੀ ਟੂਬ ਦੇ ਉੱਪਰ ਹੀ ਬੈਠ ਜਾਣਾ ਹੈ, ਔਖਾ ਹੋ ਜਾਂਦਾ, ਬਹੁਤ ਲੰਘਣਾ ਔਖਾ ਸੀਗਾ, ਇਸੇ ਕਰਕੇ ਚਲੇ ਗਏ, ਭੇਜਦੇ ਸਾਡੇ ਸਾਰੇ ਚਾਚੇ ਉਹਨਾਂ ਨੇ ਭੇਜਦੇ ਚਾਚੀ ਉਹਨਾਂ ਨੂੰ
ਬਾਜੀ ਦੂਜੀ ਇੱਕ ਹੋਰ ਗੱਲ ਹੈ, ਜਿਸ ਜਗ੍ਹਾ ਤੇ ਆਪਾਂ ਖੜੇ ਆ ਅੱਜ ਇੱਥੇ ਪਾਣੀ ਹੈ ਤੇ ਕਦੋਂ ਪਾਣੀ ਦਰਿਆ ਦਾ ਨਹੀਂ ਸੀ ਆ ਇੱਥੇ ਕੋਈ ਫਸਲ ਬੀਜੀ ਹੋਈ ਸੀ? ਹਾਂਜੀ ਹਾਂਜੀ ਇੱਥੇ ਝੋਨਾ ਸੀਗਾ ਜੀ, ਇੱਥੇ ਝੋਨਾ ਲੱਗਦਾ ਸਾਰਾ ਕੁਝ ਹੁੰਦਾ, ਕਣਕ ਵੀ ਹੁੰਦੀ ਆ। ਤੇ ਅੱਜ ਜੇਕਰ ਆਪਾਂ ਪਾਣੀ ਦੀ ਗੱਲ ਕਰੀਏ ਤਾਂ ਇੱਥੇ ਕਿੰਨੇ ਕਿੰਨੇ ਫੁੱਟ ਪਾਣੀ ਹੈ ਇੱਥੇ? ਜੀ ਮੇਰੇ ਹਿਸਾਬ ਨਾਲ ਦੇਖੋ ਤੁਸੀਂ ਆ ਤਕਰੀਬਨ 10-11 ਫੁੱਟ ਪਾਣੀ ਖੜਾ ਜੀ। 10-11 ਫੁੱਟ ਪਾਣੀ ਅਜੇ ਵੀ ਖੜਾ ਜੀ। ਆਹ ਦੇਖ ਲਓ ਜੀ ਇੱਕ ਘਰ ਦੇ ਹਾਲਾਤ ਦੇਖੋ, ਆਹ ਹੁਣ ਥੱਲੇ ਦੇ ਉੱਪਰ ਦੀ ਜਾ ਕੇ ਪਾਣੀ ਹੁਣ ਪਿੱਛੇ ਮੁੜਨ ਲੱਗਾ, ਥੋੜਾ ਜਿਹਾ ਘੱਟ ਗਿਆ। ਸਵੇਰੇ ਪਾਣੀ ਚੜਿਆ ਸੀ ਜੀ, ਕੱਲ ਚੜਿਆ? ਨਹੀਂ ਕੱਲ, ਪਰਸੋਂ ਸ਼ਾਮਾਂ ਚੜਨ ਲੱਗਿਆ ਸੀਗਾ, ਪਰਸੋਂ ਸ਼ਾਮਾਂ ਚੜਨ ਲੱਗਿਆ ਸੀ, ਕੱਲ ਸਾਰਾ ਦਿਨ ਪਾਣੀ ਚੜੀ ਗਿਆ ਵਾ। ਇੱਕ ਦਿਨ ਬਿਲਕੁਲ ਥੱਲੇ ਸੁੱਕੇ ਹੋ ਗਏ ਸੀ, ਸਾਰੇ ਘਰ ਦਾ ਵਿਹੜਾ ਬਿਲਕੁਲ ਸਹੀ ਹੋ ਗਿਆ ਸੀਗਾ। ਦੁਬਾਰਾ ਪਾਣੀ? ਹਾਂਜੀ ਰੋਟੀ ਪਾਣੀ ਜਗਾੜ ਸਾਰਾ ਕੰਮ ਘਰੇ ਕਰਨ ਲੱਗ ਗਏ ਸੀਗੇ, ਦੁਬਾਰਾ ਫਿਰ ਪਰਸੋਂ ਸ਼ਾਮਾਂ ਨੂੰ ਪਾਣੀ ਚੜ ਲੱਗਾ ਤੇ ਕੱਲ ਸਾਰਿਆਂ ਦੇ ਦੇਖਿਆ, ਉੱਧਰ ਜਾ ਕੇ ਦੇਖ ਕੇ ਆਏ ਹੋਣੇ ਆ, ਕਮਰੇ ਅੰਦਰ ਪਾਣੀ ਖੜਾ ਵਾ, ਸਾਰਿਆਂ ਦੇ ਬਾਹਰ ਵਿਹੜੇ ਚ ਪਾਣੀ। ਇੱਕ ਘਰ ਆ ਇੱਥੇ ਕੀ ਪਸ਼ੂਆਂ ਵਾਲਾ ਵਿਹੜਾ ਸੀ? ਪਸ਼ੂਆਂ ਵਾਲਾ ਛੱਡ ਸੀਗਾ। ਹਾਂਜੀ ਤਸਵੀਰਾਂ ਦੇਖ ਸਕਦੇ ਹੋ ਸਾਹਮਣੇ, ਫਰੰਟ ਦੀ ਤਸਵੀਰ ਦੇਖੋ ਕਿ ਹਾਲਾਤ ਕਿਸ ਤਰ੍ਹਾਂ, ਹਾਲਾਤ ਮਾੜੇ ਆ, ਪਾਣੀ ਵਾਲਾ ਕਿੰਨਾ ਕਿੰਨਾ ਪਾਣੀ ਟੋਕਾ ਖੜਾ ਪੱਠੇ ਕੁਤਰਨ ਦੇ ਲਈ, ਪਰ ਇੱਥੇ ਨਾ ਤਾਂ ਮੱਝਾਂ ਅਤੇ ਨਾ ਇੱਥੇ ਕੋਈ ਪੱਠੇ ਆ, ਕਿਉਂਕਿ ਸਾਰੇ ਜੋ ਮਾਲ ਪਦੋ ਸਾਰਾ ਉਹ ਬੰਨ ਦੇ ਉੱਪਰ ਬੰਨਿਆ ਹੋਇਆ। ਤਾਂ ਹਾਲਾਤ ਆਪਣੇ ਆਪ 'ਚ ਇੱਕ ਚਿੰਤਾਜਨਕ ਹੈ। ਦੇਖੋ ਕਿ ਇੱਕ ਜੋ ਇਹਨੂੰ ਪੰਜਾਬੀ ਭਾਸ਼ਾ 'ਚ ਕਹਿੰਦੇ ਬਾਈ ਜੀ ਵਾਂਝੀ ਕਿਹਾ ਜਾਂਦਾ ਇਹਨੂੰ? ਹਾਂਜੀ ਹਾਂਜੀ ਵਾਂਝੀ ਕਿਹਾ। ਅਤੇ ਇਹ ਉਹ ਵਾਂਝਾ ਤਾਂ ਕਦੋਂ ਬਾਈ ਜੀ ਲਾਉਂਦਾ ਤਕਰੀਬਨ 8-10 ਫੁੱਟ ਥੱਲੇ ਡੁੱਬ ਜਾਂਦਾ, ਤਾਂ ਉਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਜਗ੍ਹਾ 'ਤੇ ਕਿੰਨਾ ਕਿੰਨਾ ਪਾਣੀ ਹੈ। ਮੇਰੇ ਪਿੱਛੇ ਦੀਆਂ ਤਸਵੀਰਾਂ 'ਚ ਬਾਈ ਜੀ ਇਹ ਕਿਸ਼ਤੀ ਚਲਾ ਰਿਹਾ ਤਾਂ ਪਾਣੀ ਪਾਣੀ ਹੈ, ਇੱਧਰ ਵੀ ਤੁਸੀਂ ਦੇਖ ਲਓ ਇੱਧਰ ਵੀ ਪਾਣੀ ਹੈ, ਅਤੇ ਅੱਗੇ ਵੀ ਪਾਣੀ ਪਾਣੀ, ਸੜਕ ਪਾਸੇ ਤੁਹਾਨੂੰ ਪਾਣੀ ਪਾਣੀ ਨਜ਼ਰ ਆਵੇਗਾ। ਜਦੋਂ ਕਿ ਬੀਤੇ ਇੱਕ ਮਹੀਨਾ ਪਹਿਲਾਂ ਪਾਣੀ ਆਇਆ ਸੀ ਤਾਂ ਪਾਣੀ ਤਾਂ ਜੀ ਉਹੀ ਨਹੀਂ ਸੀ ਸੁੱਕਿਆ, ਅਤੇ ਫਿਰ ਦਰਿਆ ਦੀ ਆਫਤ ਆਈ, ਅਤੇ ਫਿਰ ਉਸ ਤੋਂ ਬਾਅਦ ਬਾਈ ਕਿੰਨਾ ਕਿੰਨਾ ਪਾਣੀ ਹੁਣ ਵਧਿਆ ਇੱਥੇ? ਇੱਥੇ ਪਾਣੀ ਜਿੱਦਾਂ ਪਹਿਲਾਂ ਸੀਗਾ, ਇਸ ਤੋਂ ਪਾਣੀ ਵੱਧ ਸੀਗਾ, ਇਸ ਤੋਂ ਪਾਣੀ ਘੱਟ ਤੋਂ ਘੱਟ 3-4 ਫੁੱਟ ਪਾਣੀ ਇਸ ਤੋਂ ਜ਼ਿਆਦਾ ਸੀਗਾ ਪਹਿਲਾਂ, ਅਤੇ ਹੁਣ ਜਦੋਂ ਪਾਣੀ ਇੱਕ ਵਾਰੀ ਉੱਤਰ ਗਿਆ ਹੁਣ 3-3.5 ਫੁੱਟ ਪਾਣੀ ਫੇਰ ਹੋਰ ਵੱਧ ਗਿਆ, ਜਿਹਨਾਂ ਕਰਕੇ ਸਾਰੇ ਘਰਾਂ 'ਚ ਹਾਲਾਤ ਬੱਤਰ ਤੋਂ ਬੱਤਰ ਆ, ਸਾਰੇ ਘਰ ਪਾਣੀ ਦੇ ਵਿੱਚ ਡੁੱਬੇ ਹੋਇਆ। ਤਾਂ ਬਾਜੀ ਕੋਈ ਖਾਸ, ਵੈਸੇ ਪ੍ਰਸ਼ਾਸਨ ਨੇ ਕਿਸ਼ਤੀ ਤੱਕ ਦੇ ਦਿੱਤੀ ਹੈ, ਕੋਈ ਖਾਸ ਅਪੀਲ ਕਰਨੀ ਚਾਹੋ? ਬਹੁਤ ਸਾਰੀਆਂ ਸੰਗਤਾਂ ਦੇਖ ਰਹੀਆਂ ਹੋਣਗੀਆਂ, ਬਹੁਤ ਸਾਰੇ ਸੰਸਥਾਵਾਂ ਵੀ ਆ, ਕੋਈ ਪ੍ਰਸ਼ਾਸਨ ਨੂੰ ਤੁਹਾਡੇ ਲਓ? ਸਾਡੇ ਵੱਲੋਂ ਇਹੀ ਆ ਜੀ, ਇੱਕ ਤਾਂ ਨਾ ਚਲੋ ਪ੍ਰਸ਼ਾਸਨ ਨੇ ਕਰਨਾ ਤਾਂ ਆਪਣੀ ਮਰਜ਼ੀ ਆ, ਹੋ ਸਕੇ ਤਾਂ ਸਾਨੂੰ ਇੱਕ ਪੂਰੇ ਚੌਂਕ 'ਚ ਇੱਕ ਵੱਡਾ ਬੋਰ ਖੁਰਾਕ ਦਿੱਤਾ ਜਾਵੇ, ਤਾਂ ਕਿ ਸਾਨੂੰ ਪਾਣੀ ਪੀਣ ਦੀ ਬਹੁਤ ਵੱਡੀ ਦਿੱਕਤ ਆ ਜੀ। ਅਸੀਂ ਹੁਣ ਇੱਥੋਂ 4-5 ਕਿਲੋਮੀਟਰ, ਸਾਡੇ ਇੱਥੋਂ ਹੈਗਾ ਤਕਰੀਬਨ 5 ਕਿਲੋਮੀਟਰ ਦੂਰੀ 'ਤੇ ਪਿੰਡ ਨਾਲ ਆ, ਉੱਥੋਂ ਪਾਣੀ ਪੀਣ ਨੂੰ ਲੈ ਕੇ ਆਈਦਾ, ਉੱਥੋਂ ਪਾਣੀ ਪੀਣ ਨੂੰ ਲੈ ਕੇ ਆਈਦਾ। ਪਹਿਲਾਂ ਜਿਹੜਾ ਸੀਗਾ ਥੋੜ੍ਹਾ ਬਹੁਤਾ ਸਟੋਰ ਕੀਤਾ, ਜਿਹੜਾ ਪਹਿਲਾਂ ਲੋਕ ਪਿੰਡਾਂ ਵਾਲੇ ਦੇ ਗਏ ਸੀ ਆ ਬੋਤਲਾਂ ਵਾਲਾ ਪਾਣੀ, ਉਹ ਪੀ ਯੂਜ ਕਰਦੇ ਰਹੇ, ਹੁਣ ਤਕਰੀਬਨ ਉਹ ਵੀ ਖਤਮ ਹੋ ਗਏ ਆ। ਹੁਣ ਸਾਨੂੰ ਇੱਥੋਂ ਜਾ ਕੇ ਬੰਨ ਅਤੇ ਮੋਟਰ ਖੜ੍ਹੇ ਹੁੰਦੇ ਆ, ਫਿਰ ਨਲੋਂ ਜਾ ਕੇ ਪਾਣੀ ਲਿਆਉਣਾ ਹੁੰਦਾ, ਉਹੀ ਪਾਣੀ ਹੀ ਪੀਦਾ। ਸਿਰਫ ਇਹੀ ਸਾਡੀ ਸਭ ਤੋਂ ਵੱਡੀ ਮੰਗ ਆ, ਸਾਨੂੰ ਚੌਂਕ 'ਚ ਲਿਆ ਕੇ ਇੱਕ ਬੋਰ ਕਰਵਾ ਕੇ ਦਿੱਤਾ ਜਾਵੇ, ਹਾਂਜੀ ਡੂੰਘੇ ਬੋਰ ਦਾ ਪਾਣੀ ਦਾ ਬੋਰ ਕਰਵਾ ਕੇ ਦਿੱਤਾ ਜਾਵੇ, ਚਾਹੇ ਉਹ 'ਤੇ ਮੋਟਰ ਲੱਗ ਜਾਵੇ ਚਾਹੇ ਨਲਕਾ ਲੱਗ ਦੇਵੇ, ਸਾਨੂੰ ਘੱਟ ਤੋਂ ਘੱਟ 6 ਮਹੀਨੇ ਪਾਣੀ ਦੀ ਦਿੱਕਤ ਆਉਂਦੀ ਰਹਿਣੀ ਆ ਜੀ। ਹੁਣ ਸਾਰੇ ਬੋਰਾਂ 'ਚ ਪਾਣੀ ਅੰਦਰ ਚਲੇਗਾ, ਗੰਦਾ ਪਾਣੀ, ਬਹੁਤ ਛੇਤੀ ਸਾਫ਼ ਨਹੀਂ ਹੋਣਾ ਹੈਗਾ। ਤਾਂ ਪ੍ਰਸ਼ਾਸਨ ਦੇ ਮੂੰਹ 'ਤੇ ਇੱਥੇ ਇੱਕ ਵੱਡੀ ਚਪੇੜ ਹੈ, ਪ੍ਰਸ਼ਾਸਨ ਨੂੰ ਜਿੰਨੀਆਂ ਲਾਹਨਤਾਂ ਪੈ ਜਾਣ ਇੱਥੇ ਉਨੀਆਂ ਥੋੜ੍ਹੀਆਂ, ਕਿਉਂਕਿ ਜਿੱਥੇ ਡਿਜੀਟਲ ਇੰਡੀਆ ਦੀ ਗੱਲ ਕੀਤੀ ਜਾਂਦੀ ਹੈ, ਜਿੱਥੇ ਮੁਆਵਜ਼ਿਆਂ ਦੀ ਗੱਲ ਕੀਤੀ ਜਾਂਦੀ ਹੈ, ਇੱਥੇ ਨਾ ਤਾਂ ਕੋਈ ਗਰਦੌਰੀਆਂ ਹੋਈਆਂ ਅਤੇ ਨਾ ਕਿਸੇ ਨੂੰ ਕੋਈ ਮੁਆਵਜ਼ਾ ਮਿਲਿਆ, ਤਾਂ ਲੋਕ ਪਾਣੀ ਪੀਣ ਵਾਲਾ ਜੋ ਪਾਣੀ ਹੈ ਉਹ ਵੀ ਕਹਿੰਦੇ ਆ ਕਿ ਪਾਣੀ ਦੀ ਲੋੜ ਹੈ, ਇੱਕ ਨਲਕੇ ਦੀ ਮੰਗ ਹੈ, ਇੱਕ ਇੱਥੇ ਬੋਰ ਦੀ ਡਿਮਾਂਡ ਕੀਤੀ ਗਈ ਹੈ। ਪਰ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਹੈ ਕੋਈ ਮਾੜੀ ਮੋਟੀ ਸੁਣਦਾ, ਕੋਈ ਵੱਡੀ ਮੰਗ ਨਹੀਂ ਹੈ ਪ੍ਰਸ਼ਾਸਨ ਦੇ ਲਈ, ਕੋਈ ਇੱਥੇ ਬੋਰ ਹੁੰਦਾ ਜਾਂ ਫਿਰ ਆਉਣ ਵਾਲਾ ਟਾਈਮ ਵੀ ਇਹਨਾਂ ਦਾ ਪਾਣੀ ਦੇ ਵਿੱਚ ਹੀ ਗੁਜ਼ਰੇਗਾ। ਕੈਮਰਾਮੈਨ ਮਨਜੀਤ ਨਹਿਰ ਦੀ, ਪੈਨਨ ਆਰ ਨਿਊਜ਼, ਦਰਿਆ ਸਤਲੁਜ।